ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਨੀਟੂ ਸ਼ਟਰ ਵਾਲੇ ਅੱਜ ਆਪਣਾ ਜਿਹੜਾ ਨਾਮਜ਼ਦਗੀ ਕਰਨ ਲਈ ਫਗਵਾੜੇ ਪਹੁੰਚੇ ਹਨ। ਨੀਟੂ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ, ਤੁਸੀਂ ਨਾਮਜ਼ਦਗੀ ਕਰਨ ਲਈ ਇੱਥੇ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਮਾਤਾ ਦੀ, ਜੈ ਮਾਂ ਚਿੰਤਪੁਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਸੰਗਤ ਨੂੰ ਧੰਨ ਅੰਕਾਰ ਜੀ। ਔਰ ਅੱਜ ਮੈਂ ਪੇਪਰ ਫਾਈਲ ਕਰਨ ਆਇਆ, ਖੁਸ਼ੀ ਵੀ ਆ ਅਤੇ ਦੁੱਖ ਵੀ ਹੈ। ਖੁਸ਼ੀ ਕਾਹਦੀ ਅਤੇ ਦੁੱਖ? ਖੁਸ਼ੀ ਇਸ ਚੀਜ਼ ਦੀ ਆ ਕਿ ਮੈਂ ਅੱਜ ਨੋਮੀਨੇਸ਼ਨ ਕਰਨ ਆਇਆ। ਦੁੱਖ ਇਸ ਚੀਜ਼ ਦਾ ਕਿ ਜਦੋਂ ਮੇਰੀ ਫਾਈਲ ਕੰਪਲੀਟ ਹੋ ਗਈ, ਇਹਨਾਂ ਨੇ ਸ਼ਨੀਵਾਰ ਸਾਨੂੰ ਦਿੱਤੀ ਵੀ ਆ ਸਟੇਟਮੈਂਟ ਦੀ ਕਿ ਇੰਨੀਆਂ ਤੁਹਾਡੇ ਕੋਲ ਘੱਟੋ ਘੱਟ 30 ਸਾਨੂੰ ਫਾਰਮੈਲਿਟੀ ਚਾਹੀਦੀਆਂ ਵੀ ਤੁਸੀਂ ਇੱਕ ਹਫ਼ਤਾ ਪਹਿਲਾਂ ਕੋਈ ਦਿੱਤੀ। ਮੈਂ ਡੀ ਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਇੱਦਾਂ ਹੀ ਰਾਜਨੀਤੀਆਂ ਅੱਗੇ ਮਗਰ ਲੱਗ ਕੇ ਧੱਕੇ ਕਰਨੇ ਜਨਤਾ ਨਾਲ, ਫਿਰ ਸਾਰੀ ਜਨਤਾ ਦੇਖਦੀ। ਮੈਂ ਨਹੀਂ ਡਰੂੰਗਾ, ਤੁਸੀਂ ਮੈਨੂੰ ਮਾਰ ਦਿਓ, ਕੀ ਕਰੋਗੇ, ਮਾਰ ਗੋਲੀ ਮਾਰ ਦਿਓ, ਨਾ ਮਾਰ ਦਿਓ, ਤੁਹਾਡੀ ਰਾਜ ਆ, ਤੁਹਾਡਾ, ਤੁਸੀਂ ਸਰਕਾਰੀ ਅਫਸਰ ਹੋ ਵੱਡੇ, ਤੁਸੀਂ ਕਰ ਸਕਦੇ ਹੋ। ਪਰ ਤੁਹਾਨੂੰ ਇੱਕ ਹਫ਼ਤਾ ਪਹਿਲਾਂ 10 ਦਿਨ ਪਹਿਲਾਂ ਡਿਟੇਲ ਲਾਉਣੀ ਚਾਹੀਦੀ ਵੀ ਤੁਹਾਨੂੰ ਆਹ ਚੀਜ਼ਾਂ ਚਾਹੀਦੀਆਂ। ਅੱਜ ਅਸੀਂ ਉਹ ਚੀਜ਼ਾਂ ਲੈਣ ਵਾਸਤੇ ਸ਼ਨੀਵਾਰ ਛੁੱਟੀ ਸੀਗੀ, ਐਤਵਾਰ ਛੁੱਟੀ, 2 ਦਿਨ ਅਸੀਂ ਭੁੱਖੇ ਭਾਣੇ ਘੁੰਮਦੇ ਰਹੇ ਹਾਂ, ਇਹ ਸਾਨੂੰ ਪਤਾ ਅਸੀਂ ਕੀ ਕਰਦੇ ਪਏ ਹਾਂ। ਜਿਹਦੀ ਇੱਕ ਰੁਪਏ ਚੀਜ਼ ਨਹੀਂ, ਅਗਲੇ 1 ਲੱਖ ਰੁਪਏ ਹੀ ਲਾਉਂਦੇ ਪਏ ਸਾਨੂੰ, ਅਸੀਂ ਕੀ ਕਰੀਏ? ਪਰ ਲੇਕਿਨ ਵਕੀਲਾਂ ਨੇ ਔਰ ਕਚਹਿਰੀਆਂ ਨੇ ਬਹੁਤ ਸਾਥ ਦਿੱਤਾ ਸਾਡਾ, ਅਸੀਂ ਉਹਨਾਂ ਦਾ ਕਦੀ ਭੁੱਲ ਨਹੀਂ ਸਕਦੇ। ਪਰ ਇਹਨਾਂ ਡੀ ਸੀ ਸਾਹਿਬ ਨੂੰ ਚਾਹੀਦਾ 10 ਦਿਨ ਜਾਂ 15 ਦਿਨ ਪਹਿਲਾਂ ਉੱਥੇ ਐਪਲੀਕੇਸ਼ਨ ਟੰਗਣੀ ਚਾਹੀਦੀ ਸੀ ਸਰ। ਨਹੀਂ ਲੱਗਦਾ ਇਹ ਰਾਜਨੀਤੀ ਕੀਤਾ ਜਾ ਰਿਹਾ ਵੀ ਨੀਟੂ ਸ਼ਟਰ ਵਾਲਾ ਜਿਹੜਾ ਇਹ ਜਿਮਨੀ ਚੋਣਾਂ 'ਚ ਨਾ ਖੜਾ ਹੋ ਸਕੇ? ਸਰ ਇਹ ਨੀਟੂ ਇਕੱਲਾ ਨੀਟੂ ਵਾਸਤੇ ਨਹੀਂ ਹੋ ਰਿਹਾ, ਪੂਰੇ ਵਰਲਡ ਵਾਸਤੇ ਹੋ ਰਿਹਾ। ਇਹ ਗਰੀਬੀ ਨੂੰ ਪਿੱਛੇ ਕੀਤਾ ਜਾਂਦਾ। ਜੇ ਅਗਰ ਅੱਜ ਲੋਕ ਚੁੱਪ ਕਰਦੇ ਆ ਨਾ ਜੀਵੇ ਸਭਾ ਨੂੰ, ਤਾਂ ਕੱਲ੍ਹ ਲੋਕਾਂ ਨੂੰ, ਸਾਰੇ ਹਿੰਦੁਸਤਾਨ ਨੂੰ ਇਹਦਾ ਅੰਜਾਮ ਬਹੁਤ ਖਤਰਨਾਕ ਭੁਗਤਣਾ ਪਏਗਾ, ਕਿਉਂਕਿ ਇਹ ਲੋਕਤੰਤਰ ਆ, ਇਹ ਲੋਕਤੰਤਰ ਆ। ਬਾਬਾ ਅੰਬੇਦਕਰ ਸਾਹਿਬ ਨੇ ਜੋ ਕਿਹਾ ਵਾ, ਅਸੀਂ ਅੱਜ ਸਾਰੇ ਇਕੱਠੇ ਹੋ ਜਾਂਦੇ ਹਾਂ, ਪਰ ਗਲਤ ਗੱਲ ਆ। ਇਹਨਾਂ ਵਾਸਤੇ ਸਰਕਾਰੀ ਜਿਹੜੇ ਅਫਸਰ ਬਣੇ ਆ, ਉਹਨਾਂ ਦੀਆਂ ਇੰਨੀ ਮੋਟੀਆਂ ਤਨਖਾਹਾਂ, ਉਹ ਕਿਸ ਗੱਲ ਦੀ ਤਨਖਾਹਾਂ ਲੈ ਰਹੇ ਆ? ਮੈਨੂੰ ਤਾਂ ਇਸ ਗੱਲ ਸਮਝ ਨਹੀਂ ਆਉਂਦੀ ਵੀ ਮੈਨੂੰ ਜਵਾਬ ਤਾਂ ਦਿਓ, ਕੋਈ ਤਾਂ ਜਵਾਬ ਦੇ ਦਿਓ, ਮੋਦੀ ਜਵਾਬ ਦੇ ਦੇ, ਕੈਪਟਨ ਜਵਾਬ ਦੇ ਦੇ, ਬਾਦਲ ਜਵਾਬ ਦੇ ਦੇ, ਉਹ ਆਮ ਆਦਮੀ ਪਾਰਟੀ ਵਾਲਾ ਜਵਾਬ ਦੇ ਦੇ। ਹੁਣ ਐਸੇ ਜਵਾਬ ਚਾਹੀਦੇ ਮੈਨੂੰ ਕਿ ਜਿਹੜੇ ਸੱਚੇ ਜਵਾਬ ਨੇ, ਕਿਉਂਕਿ ਇਹਨਾਂ ਕੋਲ ਜਵਾਬ ਹੀ ਨਹੀਂ, ਗੱਲ ਨਹੀਂ ਕਰ ਸਕਦੇ ਲੋਕ। ਗੱਲ ਕਰੀਏ ਤੁਸੀਂ ਫਗਵਾੜੇ ਤੋਂ, ਤੁਹਾਡੇ ਫੈਮਿਲੀ ਵਾਲੇ ਵੀ ਜਿਹੜੇ ਜਿਮਨੀ ਚੋਣਾਂ 'ਤੇ ਖੜੇ ਹੋ ਰਹੇ ਆ, ਕਿੱਥੋਂ ਕਿੱਥੋਂ ਕੌਣ ਕੌਣ ਖੜਾ ਹੋ? ਸਰ ਮੈਂ ਦੇਖੋ ਦੋ ਫਾਈਲਾਂ ਨੇ ਰਿਜੈਕਟ ਕਰਤੀਆਂ, ਇਹਨਾਂ ਨੇ ਕੀ ਕਰਨੀਆਂ, ਉਹਨਾਂ ਉੱਤੋਂ ਕਰਾ ਦਿੱਤੀਆਂ ਰਿਜੈਕਟ, ਉੱਤੋਂ ਕਰਾ ਦਿੱਤੀਆਂ, ਹੁਣ ਅਸੀਂ ਕੀ ਕਰਦੇ? ਐਂਡ ਤੁਹਾਨੂੰ ਮੈਂ ਫਾਈਲ ਦੇਣਾ, ਦੇਖੋ ਹੁਣ ਮੇਰੀ ਕੀ ਕਰਦੇ ਇਹ? ਇਹਨਾਂ ਦੀ ਐਪਲੀਕੇਸ਼ਨ ਪੂਰੀ ਕੀਤੀ ਮੈਂ, ਸਾਰਾ ਕੋਈ ਇਹਦੀ ਕਿਹਦੀ ਫਾਈਲ ਰਿਜੈਕਟ ਹੋਈ? ਸਾਡੀ ਮਾਤਾ ਦੀ ਫਾਈਲ ਰਿਜੈਕਟ, ਉਹ ਮਤਲਬ ਕਰ ਦਿੱਤੀ ਉਹਨੇ, ਵਿਆਹ ਨਹੀਂ, ਉਹ ਨਹੀਂ, ਹਾਂਜੀ ਦੀਦੀ ਵੀ ਸਾਡੇ, ਪਰ ਲੇਕਿਨ ਆਪਾਂ ਲੜੇ ਹਾਂ, 4 ਸੀਟਾਂ ਲੜਾਂਗੇ, ਫਿਰ ਦੁਬਾਰਾ ਫਾਈਲਾਂ ਭਰਤੀਆਂ ਸੀ ਕਿ ਦੱਸੋ ਤੁਸੀਂ ਸਾਡੀ ਕਮੀ ਕੀ ਹੈਗੀ, ਜਿਹੜੀ ਕਮੀ ਆ ਅਸੀਂ ਪੂਰੀ ਕਰਾਂਗੇ। ਤੁਹਾਨੂੰ ਕੀ ਲੱਗਦਾ ਫਾਈਲਾਂ ਜਿਹੜੀਆਂ ਰਿਜੈਕਟ ਕਰਨ ਪਿੱਛੇ ਕੀ ਕਾਰਨ? ਉਹ ਦੇਖੋ ਜੀ, ਸਰਕਾਰ ਇਹਨਾਂ ਦੀ ਆ, ਪੰਜਾਬ 'ਚ ਸਰਕਾਰ ਗੌਰਮੈਂਟ ਦੀ ਇਹਨਾਂ ਦੀ ਆ, ਉੱਤੇ ਉਹਦੀ ਆ, ਉਹਨੇ ਦੋਨਾਂ ਦੀ ਗੱਲ ਚੱਲਣੀ, ਸਾਡੀ ਕਿੱਥੇ ਚੱਲਣੀ ਗੱਲ, ਗਰੀਬਾਂ ਦੀ ਨਹੀਂ ਗੱਲ ਚੱਲਣੀ ਇੱਥੇ। ਇਹ ਗਰੀਬਾਂ ਨੂੰ ਧੱਕੇ ਹੀ ਆ, ਬਸ ਜਦੋਂ ਮਰਜ਼ੀ ਖਾ ਲਓ ਅਤੇ ਜਦੋਂ ਮਰਜ਼ੀ ਮਾਰ ਲਓ, ਇਹ ਅਸੀਂ ਕਹਿ ਸਕਦੇ ਹਾਂ। ਬਸ ਜੀ, ਅੱਜ ਤੁਸੀਂ ਨਾਮਜ਼ਦਗੀ ਕਰਨ ਆਏ ਹੋ ਅਤੇ ਲੋਕਾਂ ਨੂੰ ਕੀ ਕਹਿਣਾ? ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਡੀ ਸੀ ਸਾਹਿਬ ਨੂੰ, ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਬੰਦੇ ਆ ਨਾ, ਸਰਕਾਰੀ ਮੁਲਾਜ਼ਮ ਆ, ਪ੍ਰਾਈਵੇਟ ਵੱਲ ਦੇਖੋ, ਕੁਛ ਪ੍ਰਾਈਵੇਟ ਵਿਚਾਰਾ ਮਰ ਰਿਹਾ ਵਾ, ਸਰਕਾਰ ਦੇ ਹਦਾਇਤਾਂ ਸਰਕਾਰ ਨਹੀਂ ਤਨਖਾਹ ਲੈਂਦੇ, 70-80 ਹਜ਼ਾਰ ਤਨਖਾਹ ਲੈ ਕੇ ਤੁਸੀਂ ਇੱਕ 10 ਦਿਨ ਵਾਸਤੇ ਫਾਰਮੈਲਿਟੀ ਨਹੀਂ ਡੰਗ ਸਕੇ, ਕੀ ਫਾਇਦਾ ਤੁਹਾਡੀ ਸਰਕਾਰੀ ਡਿਊਟੀਆਂ ਦਾ ਸਾਨੂੰ? ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਿਆ ਤੁਸੀਂ ਆਪਣਾ ਘਰ ਬਾਰ ਗਿਰਵੀ ਰੱਖ ਕੇ ਜਿਹੜੇ ਚੋਣ ਲੜ ਰਹੇ ਹੋ। ਸਰ ਮੈਂ ਤਾਂ ਆਪਣਾ ਘਰ ਬਾਰ ਗਿਰਵੀ ਰੱਖਿਆ, ਹੁਣ ਰੱਬ ਜਾਣਦਾ ਜਾਂ ਮੈਂ ਜਾਣਦਾ, ਪਰ ਇਹਨਾਂ ਲੋਕਾਂ ਨੂੰ ਕਦੀ ਸ਼ਰਮ ਨਹੀਂ ਆਉਣੀ। ਜਿਹੜੇ ਲੋਕ 10 ਦਿਨ ਤੁਸੀਂ ਪਹਿਲਾਂ ਟੰਗੋ ਖਾਂ, ਤੁਹਾਨੂੰ ਕਿਉਂ ਨਹੀਂ, ਤੁਸੀਂ ਕਿਉਂ ਨਹੀਂ ਟੰਗਦੇ 10 ਦਿਨ ਪਹਿਲਾਂ, ਕਿਉਂ ਨਹੀਂ ਟੰਗਦੇ, ਮੈਨੂੰ ਵਜ੍ਹਾ ਦੱਸੋ ਨਾ, ਮੈਨੂੰ ਤਾਂ ਦੱਸੋ। ਜੇ ਕੋਈ ਬੰਦਾ ਆਮ ਆਦਮੀ ਲੜਨਾ ਚਾਹੁੰਦਾ, ਪਰ ਘਰ ਬਾਰ ਵੇਚ ਕੇ ਲੜਨਾ ਚਾਹੁੰਦਾ, ਲੜੇ, ਤੁਹਾਡਾ ਕੀ ਜਾਂਦਾ ਵਾ? ਤੁਸੀਂ ਪੇਪਰ ਵਰਕ ਪੂਰਾ ਕਰ ਲਿਆ? ਮੈਂ ਪੇਪਰ ਵਰਕ ਪੂਰਾ ਕਰ ਲੈਣਾ, ਦੇਖੋ ਗਲਤੀ ਕੱਢਣਗੇ ਤਾਂ ਫਿਰ ਮੈਂ ਕੁਛ ਨਹੀਂ ਕਰਦਾ, ਕਿਉਂਕਿ ਸਰਕਾਰਾਂ ਇਹਨਾਂ ਦੀਆਂ, ਜਵਾਬ ਇਹਨਾਂ ਦੇ ਆ, ਮੈਂ ਕੁਛ ਨਹੀਂ ਕਰਦਾ। ਮੈਂ ਤਾਂ ਬਹੁਤ ਮਿਹਨਤ ਕੀਤੀ ਪੇਪਰ ਇਕੱਠੇ ਕਰਨ ਵਾਸਤੇ, ਮੈਨੂੰ ਅਜੇ 1 ਹਫ਼ਤੇ ਤੋਂ ਉੱਪਰ ਹੋ ਗਿਆ ਪੇਪਰ ਇਕੱਠੇ ਕਰ, ਜਿਹੜੀਆਂ ਨੇ ਸ਼ਨੀਵਾਰ ਨੇ ਦਿੱਤੀ ਆ ਲਿਸਟ, ਦਿੱਤੀ ਆ ਲਓ ਜੀ ਆਹ ਵੀ ਲਿਸਟਾਂ ਸਾਨੂੰ ਚਾਹੀਦੀਆਂ। ਅਸੀਂ ਫਿਰ ਵੀ ਜਿੰਨਾ ਹੋ ਸਕੇ ਕੀਤਾ ਵਾ ਜੀ, ਹੁਣ ਐਤਕੀ ਇਹਨਾਂ ਦੀ ਇਮਾਨਦਾਰੀ ਦੇਖਣੀ ਆ ਵੀ ਇਹ ਕਿੰਨੇ ਕੁ ਇਮਾਨਦਾਰ ਨੇ। ਜਿਸ ਤਰ੍ਹਾਂ ਕਿ ਨੀਟੂ ਸ਼ਟਰ ਵਾਲੇ ਨਾਲ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਹੀ ਜਿਹੜਾ ਹੈ ਉਹਨਾਂ ਨੂੰ ਜਿਹੜੀਆਂ ਹਦਾਇਤਾਂ ਦੱਸੀਆਂ ਗਈਆਂ ਹਨ ਜਿਹੜੇ ਪੇਪਰ ਵਰਕ ਪੂਰੇ ਕਰਨ ਦੀਆਂ, ਪਹਿਲੇ ਨਹੀਂ ਉਹਨਾਂ ਨਾਲ ਕੋਈ ਵੀ ਗੱਲ ਕੀਤੀ ਗਈ। ਤਾਂ ਇਸ ਦੇ ਨਾਲ ਨਾਲ ਨੀਟੂ ਸ਼ਟਰ ਵਾਲੇ ਨੇ ਦੱਸਿਆ ਹੈ ਕਿ ਉਹਨਾਂ ਦੇ ਜਿਹੜੇ ਮਾਤਾ ਜੀ ਜਲਾਲਾਬਾਦ ਤੋਂ ਖੜੇ ਹੋਣ ਵਾਲੇ ਸੀ ਉਹਨਾਂ ਦੇ ਪੇਪਰ ਵੀ ਰਿਜੈਕਟ ਕੀਤੇ ਗਏ, ਤਾਂ ਉਹਨਾਂ ਦੀ ਸਿਸਟਰ ਦੇ ਵੀ ਜਿਹੜੇ ਪੇਪਰ ਰਿਜੈਕਟ ਕੀਤੇ ਗਏ, ਦੁਬਾਰਾ ਉਹਨਾਂ ਨੇ ਫਾਈਲਾਂ ਅੱਜ ਜਿਹੜੀਆਂ ਨਾਮਜ਼ਦਗੀ ਕਰਾਈ ਜਾਵੇਗੀ। ਅਤੇ ਨੀਟੂ ਸ਼ਟਰ ਵਾਲੇ ਵੀ ਜਿਹੜੇ ਆ ਫਗਵਾੜਾ ਵਿੱਚ ਆਪਣੀ ਨਾਮਜ਼ਦਗੀ ਕਰਾਉਣ ਲਈ ਪਹੁੰਚੇ ਹਨ। ਕੈਮਰਾਮੈਨ ਸੋਮੇ ਦੇ ਨਾਲ ਵਿਨੋਦ ਸੱਭਰਵਾਲ, ਫਗਵਾੜਾ।